विज्ञान टेक्नोलॉजी दी जदों भी किते गल हुंदी है उदों पुष्पा गुजराल साइंस सिटी दा नाम उभर के सामने आउंदा है। 15 साल हो गए ने साइंस सिटी बनिया, पर इको ही कोशिश है कि ज्ञानवान समाज की सिर्जना की जाए। ओ बच्चे जिहड़े साडे देश दा भविख ने उहनां नूं ज्ञानवान बनाया जाए। यह समझा जाता है कि जे बच्चे ज्ञानवान होणगे तां साडा देश जिहड़ा ओ ज्ञानवान होएगा। और इन्हां विच विज्ञानिक सोच पैदा करन लई ਇਹ ਠੀਕ ਹੈ ਕਿ ਬੱਚੇ ਇੱਥੇ ਆਉਂਦੇ ਨੇ, ਪਰ ਇੱਥੇ ਆ ਕੇ ਤਾਂ ਉਹਨਾਂ ਵਿੱਚ ਵਿਗਿਆਨਿਕ ਸੋਚ ਪੈਦਾ ਹੁੰਦੀ ਹੈ, ਘਰ ਉਹਨਾਂ ਦਾ ਕੌਣ ਖਿਆਲ ਰੱਖਦਾ, ਉਹਨਾਂ ਨੂੰ ਕੌਣ ਇੱਦਾਂ ਦੀਆਂ ਜਿਹੜੀਆਂ ਸਿੱਖਿਆਵਾਂ ਉਹ ਦਿੰਦਾ ਕਿ ਉਹ ਗਿਆਨਵਾਨ ਬਣ ਸਕਣ। ਉਹ ਨੇ ਸਾਡੇ ਗ੍ਰੈਂਡ ਪੇਰੈਂਟਸ, ਜਿਹੜੇ ਸਾਡੇ ਦਾਦਾ ਦਾਦੀ ਨਾਨਾ ਨਾਨੀ, ਉਹ ਬੱਚਿਆਂ ਨੂੰ ਉਹਨਾਂ ਨਾਲ ਓਤ ਪੋਤ ਹੁੰਦੇ ਨੇ ਔਰ ਉਹਨਾਂ ਨਾਲ ਜੁੜੇ ਰਹਿੰਦੇ ਨੇ ਔਰ ਉਹਨਾਂ ਨੂੰ ਕਹਾਣੀਆਂ ਸੁਣਾਉਂਦੇ ਨੇ, ਔਰ ਇੱਥੇ ਆ ਕੇ ਉਹ ਬੱਚਿਆਂ ਨੂੰ ਵਿਗਿਆਨਕ ਜਿਹੜੇ ਚਮਤਕਾਰ ਦੇਖਦੇ ਨੇ ਔਰ ਵਿਗਿਆਨ ਦੀਆਂ ਗੱਲਾਂ ਉਹਨਾਂ ਨਾਲ ਕਰਦੇ ਨੇ। ਔਰ ਇਹ ਉਪਰਾਲਾ ਅਸੀਂ ਇੱਥੇ ਹਰ ਸਾਲ ਕਰਦੇ ਹਾਂ ਸਾਇੰਸ ਸਿਟੀ ਦੇ ਵਿੱਚ, ਇੱਕ ਗ੍ਰੈਂਡ ਪੇਰੈਂਟਸ ਡੇ ਮਨਾਉਂਦੇ ਹੈਗੇ ਆ। ਔਰ ਅਸੀਂ ਇੱਥੇ ਜਿਹੜੇ ਸਾਡੇ ਗ੍ਰੈਂਡ ਪੇਰੈਂਟਸ ਨੇ ਉਹਨਾਂ ਨੂੰ ਅਸੀਂ ਬੁਲਾਉਂਦੇ ਹਾਂ ਔਰ ਉਹਨਾਂ ਦਾ ਮਾਨ ਸਨਮਾਨ ਕਰਦੇ ਹਾਂ ਔਰ ਉਹਨਾਂ ਦਾ ਪੂਰਾ ਅਸੀਂ ਇੱਕ ਦਿਨ ਜਿਹੜਾ ਇੱਥੇ ਆ ਇੰਜੋਏ ਕਰਦੇ ਹਾਂ। ਔਰ ਇਹ ਜਦੋਂ ਅਸੀਂ ਸੋਚ ਰਹੇ ਸੀ ਕਿ ਇਸ ਵਾਰ ਅਸੀਂ ਜਿਹੜਾ ਗ੍ਰੈਂਡ ਪੇਰੈਂਟਸ ਡੇ ਆ ਉਹ ਕਿੱਦਾਂ ਮਨਾਈਏ, ਕਿਉਂਕਿ ਇਹ ਮਨਾਉਣਾ ਵੀ ਬਹੁਤ ਜ਼ਰੂਰੀ ਹੈ। ਸਾਇੰਸ ਸਿਟੀ ਹਰੇਕ ਤਰ੍ਹਾਂ ਦਾ ਜਿਹੜਾ ਦਿਵਸ ਦਿਵਸ ਹੈ ਉਸ ਨੂੰ ਨਹੀਂ ਛੱਡਦਾ, ਅਸੀਂ ਸਾਰੇ ਦਿਨ ਜਿਹੜੇ ਆ ਵਿਗਿਆਨਿਕ ਖਾਸ ਤੌਰ ਤੇ ਵਿਗਿਆਨਿਕ ਮੁੱਦਿਆਂ ਨਾਲ ਜੁੜੇ ਆ ਉਹ ਜ਼ਰੂਰ ਮਨਾਉਂਦੇ ਹਾਂ। ਔਰ ਜਦੋਂ ਇਹ ਸੋਚ ਰਹੇ ਸੀ ਕਿ ਹਲੇ ਸੋਚ ਹੀ ਰਹੇ ਸੀ ਕਿ ਸਾਨੂੰ ਸਾਡੇ ਯੂਟਿਊਬ ਤੇ ਜਾਂ ਸਾਨੂੰ ਮੇਲ ਰਾਹੀਂ ਜਾਂ ਸਾਨੂੰ ਅਸੀਂ ਵਟਸਐਪ ਰਾਹੀਂ ਕਹਿੰਦੇ ਕਿ ਸਾਨੂੰ ਜਿਹੜੇ ਨੇ ਲੋਕਾਂ ਦੇ ਵਿਊਜ਼ ਜਿਹੜੇ ਆਉਣੇ ਸ਼ੁਰੂ ਹੋ ਗਏ, ਉਹ ਲੋਕ ਜਿਹੜਾ ਉਹ ਤਬਕਾ ਜਿਹੜਾ ਵਿਗਿਆਨ ਦੇ ਨਾਲ ਜੁੜਿਆ ਹੋਇਆ ਔਰ ਸ਼ੁਰੂ ਤੋਂ ਵਿਗਿਆਨ ਦੇ ਨਾਲ ਜੁੜਿਆ ਹੋਇਆ ਸਾਡਾ ਗ੍ਰੈਂਡ ਜਿਹੜਾ ਪੇਰੈਂਟਸ ਵਾਲਾ ਤਬਕਾ, ਉਹਨਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਗਏ। ਉਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਜ਼ਰੂਰ ਬੁਲਾਓ ਸਾਇੰਸ ਸਿਟੀ, ਔਰ ਇਹ ਮਜਬੂਰੀ ਹੈ ਸਾਡੀ ਕਿ ਅਸੀਂ ਲਾਕਡਾਊਨ ਕਰਕੇ ਉਹਨਾਂ ਨੂੰ ਨਹੀਂ ਇੱਥੇ ਬੁਲਾ ਸਕਦੇ ਔਰ ਲਾਕਡਾਊਨ ਕਰਕੇ ਜਿਹੜਾ ਸਾਇੰਸ ਸਿਟੀ ਹਲੇ ਨਹੀਂ ਖੁੱਲਿਆ ਗਿਆ। ਔਰ ਅਸੀਂ ਇੱਕ ਉਪਰਾਲਾ ਜ਼ਰੂਰ ਕੀਤਾ ਕਿ ਜਿਹੜੇ ਸਾਇੰਸ ਸਿਟੀ ਦੇ ਨਾਲ ਜੁੜੇ ਹੋਏ ਨੇ, ਸਾਇੰਸ ਸਿਟੀ ਦੇ ਸਾਇੰਸ ਦੇ ਪ੍ਰੇਮੀ ਨੇ ਖਾਸ ਤੌਰ ਤੇ, ਉਹ ਉਹਨਾਂ ਨੂੰ ਉਹਨਾਂ ਜਿਹੜੇ ਸਾਡੇ ਗ੍ਰੈਂਡ ਪੇਰੈਂਟਸ ਆ ਉਹਨਾਂ ਦੇ ਵਿਚਾਰ ਜ਼ਰੂਰ ਸੁਣਾਈਏ। ਔਰ ਮੈਨੂੰ ਇੱਥੇ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਨਾਲ ਸਾਡੇ ਗ੍ਰੈਂਡ ਪੇਰੈਂਟਸ ਨਹੀਂ ਸਗੋਂ ਉਹਨਾਂ ਦੇ ਗ੍ਰੈਂਡ ਪੇਰੈਂਟਸ ਜਿਹਨੂੰ ਅਸੀਂ ਕਹਿੰਦੇ ਨੇ ਪੜਨਾਨੀ ਹੈ ਸਾਡੀ ਜਾਂ ਪੜਦਾਦੀ ਹੈ, ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਔਰ ਉਹਨਾਂ ਦੇ ਅਸੀਂ ਵਿਊਜ਼ ਹੈ ਉਹ ਸਭ ਤੋਂ ਪਹਿਲਾਂ ਸੁਣਾਂਗੇ ਔਰ ਦੇਖਾਂਗੇ ਕਿ ਉਹ ਸਾਇੰਸ ਬਾਰੇ ਜਾਂ ਸਾਇੰਸ ਸਿਟੀ ਬਾਰੇ ਕੀ ਸੋਚਦੇ ਨੇ। ਔਰ ਇੱਕ ਇੱਕ ਕਰਕੇ ਅਸੀਂ ਤੁਹਾਨੂੰ ਵਿਊਜ਼ ਸੁਣਾਵਾਂਗੇ, ਉਹਨਾਂ ਦੇ ਵਿਚਾਰ ਸਾਂਝੇ ਕਰਾਂਗੇ ਤੁਹਾਡੇ ਨਾਲ ਜਿਹੜੇ ਗ੍ਰੈਂਡ ਪੇਰੈਂਟਸ ਨੇ ਸਾਨੂੰ ਭੇਜੇ ਨੇ। ਆਓ ਫਿਰ ਚੱਲਦੇ ਹਾਂ ਉਹਨਾਂ ਗ੍ਰੈਂਡ ਪੇਰੈਂਟਸ ਵੱਲ ਜਿਨ੍ਹਾਂ ਨੇ ਸਾਨੂੰ ਆਪਣੇ ਵਡਮੁੱਲੇ ਵਿਚਾਰ ਜਿਹੜੇ ਨੇ ਉਹ ਭੇਜੇ। ਚੰਗੇ ਸਮਾਜ ਦੀ ਸਿਰਜਣਾ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਇੱਕ ਚੰਗੇ ਵਿਅਕਤੀ ਤੋਂ ਸਿਰਜਿਆ ਜਾਵੇ। ਚੰਗੇ ਵਿਅਕਤੀ ਦੇ ਸਿਰਜਣਾ ਵਾਸਤੇ ਸਾਨੂੰ ਦਾਦਾ ਦਾਦੀ ਨਾਨਾ ਨਾਨੀ ਇਹਨਾਂ ਦੀ ਬਹੁਤ ਵੱਡੀ ਦੇਣ ਹੈਗੀ ਆ। ਕੋਈ ਜ਼ਮਾਨਾ ਹੁੰਦਾ ਸੀ ਜਦੋਂ ਬੱਚੇ ਆਪਣੇ ਦਾਦੀਆਂ ਕੋਲ ਬੈਠਦੇ ਸੀ ਔਰ ਦਾਦੀਆਂ ਨਾਲ ਸੁਣਦੇ ਸੀ, ਦਾਦੀਆਂ ਕੋਲ ਦਾਦੀ ਮਾਂ ਦੀਆਂ ਕਹਾਣੀਆਂ ਸੁਣਦੇ ਸੀ, ਦਾਦੀ ਮਾਂ ਦੀਆਂ ਕਹਾਣੀਆਂ, ਦਾਦੇ ਦੀਆਂ ਕਹਾਣੀਆਂ, ਨਾਨੀ ਮਾਂ ਦੀਆਂ ਕਹਾਣੀਆਂ, ਨਾਨੀ ਦੀਆਂ ਕਹਾਣੀਆਂ, ਉਹ ਬੱਚਿਆਂ ਦੇ ਵਿਅਕਤੀਤਵ ਨੂੰ ਬਹੁਤ ਉੱਚਾ ਸੁੱਚਾ ਬਣਦੀਆਂ ਸੀ। ਉਹ ਕਹਾਣੀਆਂ ਹੀ ਉਹਨਾਂ ਦੇ ਜੀਵਨ ਨੂੰ ਰੱਦ ਸਿਰਾ ਬਣਦੀਆਂ ਸੀ। ਔਰ ਅੱਜ ਅਸੀਂ ਬੜਾ ਮਹਿਸੂਸ ਕਰ ਰਹੇ ਹਾਂ ਕਿ ਨਿੱਕੇ ਛੋਟੇ ਪਰਿਵਾਰ ਬਣ ਗਏ ਆ, ਵੀ ਸੰਯੁਕਤ ਪਰਿਵਾਰ ਘੱਟ ਗਏ ਆ। ਉਹ ਦਾਦਾ ਦਾਦੀ ਨਾਨਾ ਨਾਨੀ ਨਹੀਂ ਰਹੇ, ਉਹਨਾਂ ਦੇ ਵਿੱਚ ਨਹੀਂ ਰਹਿੰਦੇ ਔਰ ਛੋਟੇ ਬੱਚੇ ਸ਼ਹਿਰੀਕਰਨ ਹੋ ਗਿਆ, ਨਿੱਕੇ ਪਰਿਵਾਰਾਂ ਜਾਣ ਕਰਕੇ ਉਹ ਕਹਾਣੀਆਂ ਤੋਂ ਵੰਚਿਤ ਹੋ ਗਏ ਆ। ਸੋ ਫਿਰ ਵੀ ਲੋੜ ਹੈਗੀ ਆ ਕਿ ਅਸੀਂ ਅੱਜ ਦੇ ਬਦਲਦੇ ਯੁੱਗ ਦੇ ਨਾਲ ਇਹਨਾਂ ਬੱਚਿਆਂ ਨੂੰ ਜਿੱਥੇ ਸਾਡੀਆਂ ਪਰੀ ਕਹਾਣੀਆਂ ਸੁਣਦੇ ਸਨ, ਅਸੀਂ ਰਾਜੇ ਰਾਣੀ ਦੀਆਂ ਕਹਾਣੀਆਂ ਸੁਣਦੇ ਸਨ, ਦਾਦੇ ਦਾਦੀਆਂ, ਅੱਜ ਯੁੱਗ ਹੈਗਾ ਕਿ ਵਿਗਿਆਨ ਦਾ ਯੁੱਗ ਆ, ਵਿਗਿਆਨ ਨੇ ਬਹੁਤ ਕੁਝ ਸਾਨੂੰ ਦਿੱਤਾ ਹੈਗਾ। ਵਿਗਿਆਨ ਇਹ ਬੱਚੇ ਜਿਹੜਾ ਅੱਜ ਦਾ ਬੱਚਾ ਕੰਪਿਊਟਰ ਯੁੱਗ 'ਚ ਪੈਦਾ ਹੋਇਆ ਔਰ ਉਸ ਬੱਚੇ ਨੂੰ ਵਿਗਿਆਨ ਨਾਲ ਜੋੜਨਾ, ਉਹਨੂੰ ਵਿਗਿਆਨ ਤਰਕ ਨਾਲ ਜੋੜਨਾ, ਤਰਕਸ਼ੀਲਤਾ ਨਾਲ ਜੋੜਨਾ ਬਹੁਤ ਜ਼ਰੂਰੀ ਹੋ ਗਿਆ ਹੈ। ਅਤੇ ਜਦੋਂ ਅਸੀਂ ਇਹਨਾਂ ਬੱਚਿਆਂ ਨੂੰ ਇੱਧਰ ਲੈ ਕੇ ਜਾਵਾਂਗੇ, ਨਿਰਸੰਦੇਹ ਬੱਚੇ ਦੀ ਪਰਸਨੈਲਿਟੀ, ਬੱਚਿਆਂ ਦਾ ਵਿਅਕਤੀਤਵ ਸਿਰਜੇਗਾ, ਵਧੀਆ ਬਣੇਗਾ। ਔਰ ਮੈਂ ਇਹ ਗੱਲ ਬੜੀ ਮਾਣ ਰੱਖਦਾ ਕਿ ਸਾਡੇ ਪਹਿਲੇ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਸਾਹਿਬ ਨੇ ਇਹ ਪੰਜਾਬ ਨੂੰ ਬੜਾ ਵੱਡਾ ਤੋਹਫਾ ਦਿੱਤਾ, ਪੁਸ਼ਪਾ ਗੁਜਰਾਲ ਸਾਇੰਸ ਲਈ ਤੋਹਫਾ ਦਿੱਤਾ ਸੀ। ਔਰ ਤੋਹਫਾ ਇੰਨਾ ਵਿਆਪਕ ਆ, ਇੰਨਾ ਚੰਗਾ ਕਿ ਇੱਥੇ ਹਜ਼ਾਰਾਂ ਨੇ ਲੱਖਾਂ ਵਿਦਿਆਰਥੀਆਂ ਨੇ ਵੱਖ ਵੱਖ ਸਕੂਲਾਂ ਤੋਂ ਪੰਜਾਬ ਤੋਂ ਆ ਕੇ ਇਹਨੂੰ ਮਾਣਿਆ, ਆਪਣੀ ਸੋਚ ਬਦਲੀ ਹੈ। ਸੋ ਦਾਦਾ ਦਾਦੀ ਨੂੰ ਵੀ ਚਾਹੀਦਾ ਜਿੱਥੇ ਉਹ ਮੰਦਰਾਂ ਜਾਂਦੇ ਨੇ, ਗੁਰਦੁਆਰਿਆਂ ਜਾਂਦੇ ਨੇ ਜਾਂ ਹੋਰ ਥਾਵਾਂ 'ਤੇ ਲੈ ਕੇ ਜਾਂਦੇ ਨੇ, ਇਹਨਾਂ ਆਪਣੇ ਬੱਚਿਆਂ ਨੂੰ ਛੋਟੇ ਛੋਟੇ ਬੱਚਿਆਂ ਨੂੰ ਇਹਨਾਂ ਥਾਵਾਂ 'ਤੇ ਵੀ ਲੈ ਕੇ ਜਾਣ ਤਾਂ ਕਿ ਇਹਨਾਂ ਬੱਚਿਆਂ ਦੀ ਜਿਹੜੀ ਵਿਗਿਆਨਿਕ ਦ੍ਰਿਸ਼ਟੀ ਬਣੇ, ਵਿਗਿਆਨਿਕ ਸੋਚ ਬਣੇ ਔਰ ਜ਼ਿੰਦਗੀ ਜਿਹੜੀ 21ਵੀਂ ਸਦੀ ਵਿੱਚ ਜਾਰੀ ਹੈਗੀ ਆ, 21ਵੀਂ ਸਦੀ ਜ਼ਿੰਦਾਬਾਦ ਹੋਵੇ। ਔਰ ਮੈਂ ਸਾਰੇ ਦਾਦੇ ਦਾਦੀ ਨੂੰ ਔਰ ਨਾਨਾ ਨਾਨੀਆਂ ਨੂੰ ਇਹ ਗੁਜ਼ਾਰਿਸ਼ ਕਰਦਾ
कि जे साडे लागे एक बहुत वड्डा तोहफा दिता है राल साहब ने कुछ प्रोग्राम सेंसिटी आपां इहदा लाभ उठाईए इन्हां बच्चे नूं उत्थे लैके जाइए और सारा कुछ ही इन्ना वधिया बणिया मैं आप जाके जिठिया नूं देखिया अपने बच्चे नूं भी लैके गया उत्थे जाके देखिया कि कमाल आ ते सो आपां अपनी सोच बदलीए विज्ञानिक युग च प्रवेश करिए और अपने बच्चों नूं जिहड़ियां विज्ञान नाल जुड़ियां कहानियां उन्हां साइंटिस्टां दी कहानियां सुनाइए तां कि बच्चे अपना जीवन 21वीं सदी च लैके जाण। धन्नवाद, जय हिंद। जीवन विच विज्ञान की बहुत महत्ता है, साडा जीवन पद्धर ता ही उच्चा उठ सकता है जे असी विज्ञान नूं अपनाईए। अज असी इत्थे पहुँचे हाँ तो ये विज्ञान सदका ही है, साडी सेहत, साडी विद्या, साडी इंडस्ट्री और हर लिहाज नाल जीवन के हर खेत्र च साइंस का बड़ा वड्डा रोल हैगा। तो इसलिए साडा जिहड़ी जिहड़ा साडी जिहड़ी मानसिकता वह विज्ञानक होनी चाहिए है ताकि असी भी बाकी दुनिया के नाल कदम नाल कदम मिला के चल सकीए। ठीक, थैंक यू। थैंक यू। पहला तो मैं अपने वालों सारियां नूं ग्रैंड स्पिरिट्स डे ते शुभकामनावां देना। मैनूं याद है पिछले साल ग्रैंड स्पिरिट्स डे साइंस सिटी विखे बहुत वधिया तरीके नाल मनाया गया सी। मैं इस नूं अपने दोते पोते दे नाल विजिट कीता सी ते साइंस दे मॉडलां ने उहनां दे मन उत्ते बहुत अच्छा असर पाया सी। पैंडेमिक करके इस साल ये नहीं मनाया जा रहा, सानूं आशा है अगले साल माहौल ठीक हो जाएगा, असीं फिर इस नूं दोते पोते दे नाल विजिट करांगे अते साइंस दे अजूबियां दा आनंद माणांगे। मैं एक बार फिर अपने वालों सारे को शुभकामनावां। सोज कुमारी, मैं जलंधर तो बिलोंग करती हाँ। असी पिछले साल साइंस सिटी आए सी बच्चों नूं लैके ते बहुत अच्छा लगा, बच्चों नूं साइंस की नॉलेज होनी चाहिए है, इस करके असी इस बार भी आना चाहते सके पर साइंस सिटी बंद है, कुछ माहौल नहीं ठीक है, नहीं आ पा रहे, बहुत वधिया लगा साइंस सीखण। ਸਾਡੇ ਬੱਚਿਆਂ ਨੂੰ ਸਾਇੰਸ ਨਾਲ ਜੋੜਨਾ ਚਾਹੀਦਾ, ਜੇਕਰ ਸਾਡੇ ਬੱਚਿਆਂ ਨੂੰ ਵੱਧ ਤੋਂ ਵੱਧ ਸਾਡੇ ਕਪੂਰਥਲੇ ਵਿੱਚ ਸਾਇੰਸ ਸਿਟੀ ਆ ਉੱਥੇ ਪਤਾ ਲੱਗ ਸਕੇ, ਮਹੀਨੇ ਵਿੱਚ ਬੱਚਿਆਂ ਨੂੰ ਸਾਡਿਆਂ ਨੂੰ ਉੱਥੇ ਲੈ ਕੇ ਜਾਣਾ ਚਾਹੀਦਾ, ਸਾਡੇ ਬੱਚੇ ਵੀ ਸਾਇੰਸ ਨਾਲ ਜੁੜ ਸਕਣ। ਜਿਹੜਾ ਜ਼ਮਾਨਾ ਹੈ ਆਰਟਸ ਤੋਂ ਛੱਡ ਕੇ ਨਾ ਸਾਇੰਸ ਦੇ ਉੱਤੇ ਆਉਂਦਾ ਪਿਆ ਵਾ, ਸਾਇੰਸ ਲੈਣ ਜੇ ਆਪਾਂ ਚੁਣੀਏ ਤਾਂ ਉਹਦੇ ਵਿੱਚ ਸਾਡੇ ਕੋਲ ਅੱਗੇ ਜਾ ਕੇ ਬਹੁਤ ਸਾਰੇ ਆਪਸ਼ਨ ਖੁੱਲ੍ਹ ਜਾਂਦੇ ਆ ਅਤੇ ਦੁਨੀਆ ਦੇ ਕਿਸੇ ਵੀ ਕੋਨੇ ਜਾ ਕੇ ਆਪਾਂ ਕੰਮ ਕਰ ਸਕਦੇ ਹਾਂ, ਠੀਕ ਹੈ ਕਿ ਨਹੀਂ। ਅਤੇ ਸਾਇੰਸ ਸਿਟੀ ਜਿਹੜਾ ਹੈਗਾ ਵਾ ਅਸੀਂ ਹਰ ਸਾਲ ਜਾਂਦੇ ਹਾਂ, ਸਾਨੂੰ ਬਹੁਤ ਮਜ਼ਾ ਆਉਂਦਾ, ਸਾਡੇ ਬੱਚੇ ਵੀ ਜਾਂਦੇ ਨੇ ਅਤੇ ਇਹ ਸਾਇੰਸ ਸਿਟੀ ਬਹੁਤ ਵਧੀਆ ਹੈਗਾ, ਬੱਚਿਆਂ ਨੂੰ ਇਹ ਲਿਜਾਣਾ ਚਾਹੀਦਾ ਅਤੇ ਉਤਸ਼ਾਹ ਦੇਣਾ ਚਾਹੀਦਾ ਬੱਚਿਆਂ ਨੂੰ ਤਾਂ ਕਿ ਇਹ ਬੱਚਿਆਂ ਨੂੰ ਸ਼ੌਂਕ ਪੈਦਾ ਹੋਵੇ ਨਵੀਆਂ ਨਵੀਆਂ ਚੀਜ਼ਾਂ ਦਾ ਕਰਨ ਦਾ, ਅਤੇ ਜੇ ਬੰਦਾ ਟੈਕਨੀਕਲ ਹੋਏਗਾ ਉਹ ਖੂਬ ਤਰੱਕੀ ਕਰ ਸਕਦਾ। ਵੀ ਸਾਇੰਸ ਪੜ੍ਹਨ, ਸਾਇੰਸ ਨਾਲ ਤਰੱਕੀ ਕਰਨ। ਅਸੀਂ ਸਾਇੰਸ ਸਿਟੀ ਆਏ ਸੀ, ਅਸੀਂ ਬਹੁਤ ਘੁੰਮੇ ਫਿਰੇ, ਸਾਨੂੰ ਬਹੁਤ ਵਧੀਆ ਲੱਗਾ ਅਤੇ ਅਸੀਂ ਵੀ ਕਹਿੰਦੇ ਵੀ ਸਾਡੇ ਬੱਚੇ ਵੀ ਇੱਦਾਂ ਸਾਇੰਸ ਨਾਲ ਤਰੱਕੀ ਕਰਨ, ਬੱਚੇ ਵੀ ਆ ਕੇ ਜੋ ਇਹ ਕਰਨ ਤਾਂ ਠੀਕ ਰਹਿਣ, ਸਾਇੰਸ ਪੜ੍ਹਨ, ਸਾਇੰਸ ਨਾਲ ਤਰੱਕੀ ਕਰਨ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੇਰੈਂਟਸ ਨੂੰ? ਤੁਸੀਂ ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ ਬੈਠੇ ਹੋ, ਗ੍ਰੈਂਡ ਪੇਰੈਂਟਸ ਡੇ ਅੱਜ ਮਨਾ ਰਹੇ ਅਸੀਂ ਤੇ ਪਿਛਲੇ ਸਾਲ ਤੁਸੀਂ ਪੇਰੈਂਟਸ ਨੂੰ ਇੱਥੇ ਲੈ ਕੇ ਆਏ ਸੀ ਤੇ ਕੀ ਕਹਿਣਾ ਚਾਹੁੰਦੇ ਹੋ? ਪਿਛਲੀ ਵਾਰ ਮੈਂ ਆਪਣੇ ਨਾਨਾ ਸਾਇੰਸ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਆ, ਇਹਦੇ ਬਿਨਾਂ ਸਾਡੀ ਲਾਈਫ ਅਧੂਰੀ ਆ। ਸਾਡੀ ਲਾਈਫ ਦੇ ਵਿੱਚ ਸਾਇੰਸ ਇੰਨੀ ਮਹੱਤਵਪੂਰਨ ਆ ਕਿ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਇੰਸ ਦੇ ਨਾਲ ਘਿਰੇ ਹੋਏ ਹਾਂ। ਸਾਇੰਸ ਸਾਰਿਆਂ ਨੂੰ ਪੜ੍ਹਨੀ ਚਾਹੀਦੀ ਆ ਔਰ ਸਾਇੰਸ ਸਿਟੀ ਵੀ ਆਉਣਾ ਚਾਹੀਦਾ। ਮੈਂ ਇਹਨਾਂ ਦੇ ਨਾਲ ਸਾਇੰਸ ਸਿਟੀ ਜਾਣਾ ਚਾਹੁੰਦਾ, ਪਰ ਕੱਲ੍ਹ ਗ੍ਰੈਂਡ ਪੇਰੈਂਟਸ ਡੇ ਆ, ਮੈਂ ਇਹਨੂੰ ਲੈ ਕੇ ਜਾਣਾ ਚਾਹੁੰਦਾ। ਉਹ ਲੋਕਡਾਊਨ ਕਰਕੇ ਮੈਂ ਨਹੀਂ ਜਾ ਸਕਦਾ, ਜਦੋਂ ਲੋਕਡਾਊਨ ਖੁੱਲੂਗਾ ਮੈਂ ਸਾਇੰਸ ਸਿਟੀ ਜਾਊਂਗਾ। ਜੋ ਸਾਡੀ ਸਟੱਡੀ ਨਾਲ ਰਿਲੇਟਿਡ ਆ ਉਹ ਮੈਂ ਸਾਰੀ ਸਾਇੰਸ ਪੜ੍ਹੂੰਗਾ, ਜਾਊਂਗਾ। ਪਿਆਰੇ ਬੱਚੋ, ਇਹ ਆਧੁਨਿਕ ਯੁੱਗ ਹੈ ਨਿਰਮਾਣ ਕਾ, ਵਿਗਿਆਨ ਕਾ। ਅੰਧਵਿਸ਼ਵਾਸੋ ਸੇ ਆਗੇ ਬੜਕਰ ਗਿਆਨ ਕਾ, ਅਨੁਸੰਧਾਨ ਕਾ।
जीवन के हर क्षेत्र में इसकी आवश्यकता को जानो, इसकी उपयोगिता को मानो और पहचानो। तुम में अद्भुत प्रतिभा है और सृजन शक्ति है अपार, इसे उजागर करो, विज्ञान से आगे बढ़ाओ संसार। विद्यापा कर्मठवन अद्भुत क्रांति लाओ, प्रकाश स्तंभ बनकर अज्ञान का अंधकार मिटाओ। जीवन में आश्चर्यजनक उपलब्धियों को पाओ, रचनात्मक कार्य कर, विज्ञान क्षेत्र में शौर्य दिखाओ। उन्हें वडेरियां दे विचार जो साइंस दे नाल जुड़े ने, साइंस सिटी दे नाल जुड़े हैं, और ये उम्मीद करते हैं, आस करते हैं, असी एक बार फिर इन्हां नूं साइंस सिटी बुलावांगे और इन्हां दे विचार जिहड़े आ अपनी जिंदगी च अपनावांगे, क्योंकि बुजुर्गां दे विचार साडे लई वरदान साबित हुंदे ने। ते इस दे नाल ही मैनूं अश्विनी नूं आग्या दिओ, रब रख।